ਸਾਡਾ ਇੱਕਦਮ ਦਿਮਾਗ ਯੂਰੇਨੀਅਮ 9 ਹੀ ਸੁਣੇ ਸੀ ਇਸ ਤੋਂ ਜਦੋਂ 2010 ਚ ਰਿਲੀਜ਼ ਹੋਈ ਨਾ ਸਟੱਡੀ ਉਦੋਂ ਫਿਰ ਸਾਨੂੰ ਸਰਕਾਰ ਨੇ ਗਵਰਨਮੈਂਟ ਨੇ ਪ੍ਰੈਸ਼ਰਾਈਜ਼ ਕਰਨਾ ਚਾਹਿਆ ਉਦੋਂ ਭਗਵੰਤ ਮਾਨ ਨੇ ਰੈਲੀ ਕੀਤੀ ਸੀ ਸਾਡੇ ਹੱਕ ਦੇ ਵਿੱਚ 2 ਲੀਟਰ ਪਾਣੀ ਪੀਣੇ ਨਾਉਣ ਵਾਸਤੇ ਅਸੀਂ 50 ਲੀਟਰ ਪਾਣੀ ਢੋਲ ਦਿੰਦੇ ਆ ਦੇ ਉੱਪਰ ਹਰ ਜਿਹੜੇ ਸਕਿਨ ਪੋਰਸ ਸਾਡੇ ਉਹਨਾਂ ਦੇ ਜ਼ਰੀਏ ਵੀ ਟੌਕਸਿਸਿਟੀ ਤਾਂ ਉਹਨਾਂ ਦੇ ਜ਼ਰੀਏ ਵੀ ਅੰਦਰ ਜਾਊਗੀ ਆਹ ਵੀ ਗੱਲ ਸਹੀ ਆ ਫੂਡ ਚੇਨ ਦੇ ਜ਼ਰੀਏ ਕੀ ਕਰੋਗੇ ਤੁਹਾਡੀ ਦਾਲਾਂ ਐ ਤੁਹਾਡੇ ਗ੍ਰੇਨਜ਼ ਐ ਜਿੰਨੀਆਂ ਅਨਾਜ ਐ ਤੁਹਾਡਾ ਖੇਤਾਂ ਨੂੰ ਲੱਗ ਰਿਹਾ ਪਾਣੀ ਤੇ ਉਹ ਤੁਹਾਡੀ ਫੂਡ ਚੇਨ ਚ ਆ ਜੂ ਆਪਾਂ ਸ਼ੂਮ ਪਿਆਉਂਗੇ ਦੁੱਧ ਚਾਊਗਾ ਜੇ ਹੁਣ ਮੈਂ ਕਹਾਂ ਡੀਏਪੀ ਚ ਜ਼ੀਰੇਨੀਅਮ ਤੇ ਹੈਵੀ ਮੈਟਲ ਹੈਗੀਆਂ ਤਾਂ ਇਹ ਐਕਸੈਪਟ ਕਰਨਾ ਇਹਨਾਂ ਨੂੰ ਔਖਾ ਸੀਗਾ ਜੀ ਆਲੂ ਜੇ ਖਾ ਰਹੇ ਤਾਂ ਇਹ ਸਮਝੋ ਜੀਰੇਨੀ ਦਾ ਡਲਾਈ ਖਾਈ ਜਾਂਦੇ ਯਾਰ ਕੈਨੇਡਾ ਯਾਰ ਕੈਨੇਡਾ ਵੀ ਕੋਈ ਮਾੜਾ ਖਾਣਾ ਖਵਾਊਗਾ ਅਮਰੀਕਾ ਵਾਲੇ ਥੋੜੇ ਮਾੜਾ ਖਾਣਾ ਖਾਂਦੇ ਆ ਹਨਾ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਅਮਰੀਕਨ ਤੇ ਹੁੰਦਾ ਉਹ ਕੇਲੇ ਦਾ ਨਾਂ ਹੀ ਕੇਲਾ ਰਹਿ ਗਿਆ ਅੰਦਰ ਤਾਂ ਕੁਝ ਰਿਹਾ ਨਹੀਂ ਉਹ ਵੀ ਸੀਡ ਸਾਡੇ ਤੋਂ ਹੀ ਲਿਆ ਜਾਵੇ ਹਾਂ ਤੁਸੀਂ ਦੇਖੋ ਕਿਸਾਨ ਵੀ ਸੀਡ ਲੈਸ ਕਰਦੇ ਮਤਲ ਆਨਾਲੇ ਦਸ ਸਾਲਾਂ ਦੇ ਵਿੱਚ ਤੇ ਪੰਜਾਬ ਇੱਕ ਤਰ੍ਹਾਂ ਦਾ ਬੰਬ ਤੇ ਆ ਕੇ ਬਹਿ ਜਾਊਗਾ ਪੀਐਨਓ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਦੋਸਤੋ ਪੋਡਕਾਸਟ ਦੇ ਨਾਲ ਇੱਕ ਵਾਰ ਮੈਂ ਫੇਰ ਸ਼ਾਮਿਲ ਹਾਂ ਡਾਕਟਰ ਪ੍ਰਤਪਾਲ ਮੇਰੇ ਪ੍ਰਾਣੇ ਮਿੱਤਰ ਨੇ ਤੇ ਜਦੋਂ ਮੈਂ ਇਹਨਾਂ ਨੂੰ ਜਾਣਨ ਲੱਗਿਆ ਸੀ ਉਹ ਮੈਨੂੰ ਐ ਲੱਗਦਾ ਇਹ ਕੋਈ ਨਾ ਫਿਜ਼ੀਓਥੈਰੇਪੀ ਵਾਲੇ ਹੋਣਗੇ ਜਾਂ ਐਕੂ ਪੰਕਚਰ ਵਾਲੇ ਹੋਣਗੇ ਐਕੂ ਪ੍ਰੈਸ਼ਰ ਵਾਲੇ ਹੋਣਗੇ ਜਦੋਂ ਮੈਂ ਜਾਣਦਾ ਸੀ ਬਰਬਾਦ ਦੇ ਵਿੱਚ ਦੇਖਿਆ ਬਹੁਤ ਸਾਰੇ ਖੋਜਾਂ ਇਹਨਾਂ ਦੇ ਸਾਹਮਣੇ ਬਹੁਤ ਸਾਰੇ ਕਾਰਜ ਸਾਹਮਣੇ ਆਏ ਤੇ ਅੱਜ ਫਿਰਤਪਾਲ ਆਪਣੇ ਨਾਲ ਨੇ ਉਹਨਾਂ ਦੇ ਨਾਲ ਗੱਲ ਕਰਦੇ ਆਂ ਕੀ ਕੋ ਸਾਹਮਣੇ ਆਉਦਾ ਡਾਕਟਰ ਸਾਹਿਬ ਸਵਾਗਤ ਸਤਿ ਸ਼੍ਰੀ ਅਕਲ ਬਹੁਤ ਬਹੁਤ ਸ਼ੁਕਰੀਆ ਫਿਰਤਪਾਲ ਜੀ ਜਿਹੜੇ ਵੇਲੇ ਦੀ ਆਪਾਂ ਗੱਲ ਕਰਦੇ ਆਂ ਤੁਸੀਂ ਫਰੀਦਕੋਟ ਦੇ ਵਿੱਚ ਹੁੰਦੇ ਸੀ ਮੈਨੂੰ ਸੱਚਿਆਂ ਲੱਗਦਾ ਹੁੰਦਾ ਸੀਗਾ ਤੁਸੀਂ ਨਾ ਉਹੀ ਹੱਡੀਆਂ ਜੋੜਾਂ ਦੇ ਮਹਾਰ ਜਿਵੇਂ ਆਮ ਹੁੰਦੇ ਆ ਇੱਕ ਦੂਜੇ ਤੋਂ ਸਿੱਖ ਕੇ ਵੀ ਉਹ ਮਦਰੀਆਂ ਜਾਂ ਵਿਸ਼ਾ ਕੇ ਕੰਮ ਕਰਦੇ ਹੋ ਪਰ ਉਹ ਜਿਹੜਾ ਤੁਸੀਂ ਉਹ ਮਹਿਮੋਬੱਡੀ ਜਿਹਦਾ ਅਸਰ ਦੇਖਣ ਨੂੰ ਮਿਲਿਆ ਜੀ ਉਹਦਾ ਬਾਅਦ ਵਿੱਚ ਬਹੁਤ ਵੱਡਾ ਚਰਚਾ ਹੋਇਆ ਨੈਰੋਥੈਰੇਪੀ ਦੇ ਉੱਤੇ ਤੁਸੀਂ ਕੰਮ ਕੀਤਾ ਪਾਣੀ ਦੇ ਉੱਤੇ ਕੰਮ ਕੀਤਾ ਜੁਰੇਨੀਅਮ ਦੇ ਉੱਤੇ ਕੰਮ ਕੀਤਾ ਹੋਰ ਕੀ ਕੁਝ ਕੀਤਾ ਜੀ ਅਸਲ ਵਿੱਚ ਨੈਰੋਥੈਰੇਪੀ ਤਾਂ ਮੇਰਾ ਇੱਕ ਠੀਕ ਸੀਗਾ ਕਿ ਜਦੋਂ ਨੇਚਰੋਪੈਥ ਜਿਹੜਾ ਉਹਦਾ ਬੰਦਾ ਕੋਈ ਤੇ ਨੇਚਰੋਪੈਥ ਦੀ ਪੰਜਾਬ ਦੇ ਵਿੱਚ ਕੋਈ ਵਾਜਾ ਪੋਜਾ ਵੈਲਿਊ ਨਹੀਂ ਹੈਗੀ ਹੂੰ ਹੂੰ ਕਿਉਂਕਿ ਉਹਨਾਂ ਸਮੇਂ ਚ ਕੋਈ ਮਿੱਟੀ ਪਾਣੀ ਦੀ ਗੱਲ ਕਰਦਾ ਸੀ ਵੀ ਮਿੱਟੀ ਪਾਣੀ ਨਾਲ ਠੀਕ ਹੋ ਜੂਗਾ ਤਾਂ ਕੋਈ ਗੱਲ ਨਹੀਂ ਸੁਣਦਾ ਸੀ ਸਹੀ ਨੈਰੋਥੈਰੇਪੀ ਸਾਡੇ ਇੱਕ ਸਹਾਇਕ ਤੰਦਾ ਸੀ ਵੀ ਜਿਉਂਦੇ ਰਹਿਣ ਵਾਸਤੇ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਰੁਕ ਨਹੀਂ ਸਕੋਗੇ ਸਹੀ ਇਸ ਲਾਈਫ ਦੇ ਵਿੱਚ ਤੁਸੀਂ ਅਨ ਲekin ਮਨ ਦੇ ਵਿੱਚ ਹਮੇਸ਼ਾ ਰਹਿੰਦਾ ਸੀ ਕੁਝ ਵੱਖਰਾ ਤਾਂ ਕਰਨਾ ਹੈ ਯਾਰ ਸਹੀ ਉਹਨਾਂ ਦਿਨਾਂ 'ਚ ਦੂਸਰੇ ਮੇਰੇ ਸਾਥੀ ਸੀ ਜਿਹੜੇ ਉਹ ਜਨਰਲ ਮਰੀਜ਼ ਦੇਖਦੇ ਹੁੰਦੇ ਸੀ ਤੇ ਮੈਂ ਸਿਰਫ ਜਿਹੜੇ ਆਟਿਸਟਿਕ ਬੱਚੇ تھے ਜਿਹੜੇ ਸੀਪੀ ਬੱਚੇ ਇਹਨਾਂ ਦੇ ਉੱਤੇ ਕੰਮ ਕਰਦਾ ਸੀ ਔਰ 2003 ਤੋਂ ਲੈ ਕੇ 6 ਤੱਕ ਮੇਰਾ ਇਸੇਗੇਮੇ ਫਰੀ ਕਰਦਾ ਸੀ ਇਹਨਾਂ ਲਈ ਕੰਮ ਹਮ ਹਮ ਮੇਰਾ ਹੁੰਦਾ ਸੀ ਕਿ ਯਾਰ ਆਪਾਂ ਨੇ ਤਜਰਬੇ ਇਕੱਠੇ ਕਰੀਏ ਦੇਖੋ ਜਦੋਂ 3 ਤੋਂ ਲੈ ਕੇ 9 ਤੱਕ ਤਾਂ ਤੁਹਾਨੂੰ ਹੀ ਪਤਾ ਵੀ ਸਾਡੇ ਕੋਲੇ ਇੰਟਰਨੈਟ ਦੀ ਸਹੂਲਤ ਕਿਸੇ ਕੋਲੇ ਵੀ ਨਹੀਂ ਸੀ ਸਹੀ ਗੱਲ ਨਾਰਮਲ ਅクセਸ ਤਾਂ ਹੁੰਦਾ ਨਹੀਂ ਸੀ ਹੂੰ ਹੂੰ ਕਿਤਾਬ ਵੀ ਕਿੱਦਾਂ ਲੈਣੀ ਹੁੰਦੀ ਸੀ ਤਾਂ ਆਪਾਂ ਨੂੰ ਦਿੱਲੀ ਫੇਰ ਫਿਰ ਬੁੱਕ ਫੇਅਰ ਤੇ ਜਾਣਾ ਪੈਂਦਾ ਹੁੰਦਾ ਸੀ ਹੈਨਾ ਆ ਉਦੋਂ ਇਹ ਹੁੰਦਾ ਸੀ ਕਿ ਥੋੜੀ ਥੋੜੀ ਇਨਫੋਰਮੇਸ਼ਨ ਇੱਕ ਦੂਜੇ ਤੋਂ ਗੈਦਰ ਇਕੱਠੀ ਕਰਦੇ ਸੀ ਉਹਦੇ ਨਾਲ ਕੰਮ ਚੱਲ ਰਿਹਾ ਸੀ 2009 ਤੋਂ ਬਾਅਦ 8 ਦੇ ਵਿੱਚ ਮੇਰੇ ਕੋਲ ਇੱਕ ਸਾਊਥ ਅਫਰੀਕਾ ਤੋਂ ਇੱਕ ਬੱਚਾ ਪਹੁੰਚਿਆ ਜਿਹੜਾ ਬੱਚਾ ਕਾਫੀ ਠੀਕ ਹੋਇਆ ਉਹਨੂੰ ਦੇਖ ਕੇ ਸਾਊਥ ਅਫਰੀਕਾ ਤੇ ਜਰਮਨ ਦੇ ਜਿਹੜੇ ਡਾਕਟਰ ਸੀ ਜਿਨ੍ਹਾਂ ਨੇ ਅੰਕਿਤਾ ਉਹ ਸ਼ਿਰੀ ਸ਼ਿਰੀ ਦੇ ਬਹੁਤ ਡਿਵੋਟੀ ਸੀ ਤੇ ਉਹਨਾਂ ਨੇ ਇਲਾਜ ਕੀਤਾ ਦੇਖਿਆ ਕਿ ਬੱਚਾ ਬੋਲਣ ਲੱਗ ਗਿਆ ਉਹ ਬੜੇ ਹੈਰਾਨ ਹੋਏ ਵੀ ਯਾਰ ਇਹ じゃ ਕੋਈ ਇੰਡੀਆ ਚ ਕੌਣ ਬੰਦਾ ਬੈਠਾ ਹੈ ਜਿਹੜਾ ਇਹਨਾਂ ਬੱਚਿਆਂ ਨੂੰ ਇਲਾਜ ਕਰੀ ਜਾਂਦਾ ਹੈ ਠੀਕ ਵੀ ਕਰੀ ਜਾਂਦਾ ਹੈ ਉਹਨੇ ਫਿਰ ਕੁਝ ਵੀਡੀਓ ਬਣਾ ਕੇ ਉਹਨਾਂ ਨੂੰ ਦਿਖਾਈਆਂ ਵੀ ਇਸ ਤਰ੍ਹਾਂ ਨੇ ਤੇ ਉਹ ਸਿਰਫ ਦੇਖਣ ਵਾਸਤੇ ਡਾਕਟਰ ਬਲਾਰ ਕੋਸ਼ ਦੁਨੀਆ ਦੀ ਬਹੁਤ ਵੱਡੀ ਸਾਇੰਟਿਸਟ ਹੈ ਜੀ ਕਲੀਨਿਕਲ ਮੈਟਰਲ ਟਾਕਸਿਕੋਲੋਜੀ ਜਿਹੜਾ ਇੰਟਰਨੈਸ਼ਨਲ ਬੋਰਡ ਹੈ ਉਸ ਦਾ ਉਹਦੀ ਉਹ ਪਹਿਲੀ ਪ੍ਰੈਜ਼ੀਡੈਂਟ ਸੀ ਓਕੇ ਹਾਂ ਤੇ ਉਹ ਵੀ ਇੰਡੀਆ ਹੀ ਨਾਲ ਨਾਲ ਕੈਰਨ ਸਮੀਤ ਸੀ ਇਹਨਾਂ ਨੇ ਦੇਖਿਆ ਪਿੰਡਾਂ ਚ ਦੇਖਿਆ ਤਾਂ ਇਹ ਸੀਗਾ ਕਿ ਮੇਰੇ ਕੋਲੇ ਘਰੇ ਆ ਕੇ ਕਹਿੰਦੇ ਯਾਰ ਬੱਚੇ ਇੰਨੇ ਤੁਹਾਡੇ ਬਹੁਤ ਜ਼ਿਆਦਾ ਨਹੀਂ ਤੁਹਾਨੂੰ ਲੱਗਦਾ ਨਹੀਂ ਕੋਈ ਕਾਰਨ ਹੈਗਾ ਇਹਦਾ ਸਾਡੇ ਲਈ ਆਮ ਫੀਨੋਮਨਾ ਸੀ ਸਹੀ ਅਸੀਂ ਇਹ ਸਿੰਗਲ ਨਾਲ ਨਹੀਂ ਦਿਖ ਰਹੀ ਸੀ ਹੂੰ ਹੂੰ ਸਾਡੇ ਦਿਮਾਗ ਚ ਖੜਕੀ ਯਾਰ ਗਲਤ ਹੈਗੀ ਕੋਈ ਸਹੀ ਬਾਅਦ ਵਿੱਚ ਉਹ ਆਇਆ ਕਿ ਕਹਿੰਦੇ ਆਪਾਂ ਇਹਦੀ ਟੈਸਟਿੰਗ ਕਰੀਏ ਸਾਨੂੰ ਲੱਗਿਆ ਵੀ ਸ਼ਾਇਦ ਇਹ ਮਾਰਕੀਟਿੰਗ ਕਰਨ ਆਏ ਆ ਉਹ ਟੈਸਟਿੰਗ ਕਰੇ ਜਦੋਂ ਅਸੀਂ ਕਹਿੰਦੇ ਤਾਂ ਫਰੀ ਕਰ ਸਕਦੇ ਹਾਂ ਸਾਡੇ ਕੋਲ ਪੈਸੇ ਨਹੀਂ ਹੈਗੇ ਉਹ ਕਹਿੰਦੇ ਕੋਈ ਗੱਲ ਨਹੀਂ ਲੈਬ ਸਾਡੀ ਹੈ ਅਸੀਂ ਇਹਦੀ ਟੈਸਟਿੰਗ ਕਰਾਂਗੇ ਉਹ ਟੈਸਟਿੰਗ ਕਰੀ ਸਾਨੂੰ ਇਹ ਲੱਗਦਾ ਸੀ ਵੀ ਸਿੰਪਲ ਜੇ ਹੋਣਗੇ ਕੋਈ ਵਿਟਾਮਿਨ ਬਟੋਮਨ ਟੈਸਟ ਕਰਨਗੇ ਜਾਂ ਮੇਰਾ ਟਾਰਗੇਟ ਮਰਕਰੀ ਤੇ ਸੀਗਾ ਹਮਮ ਕਿਉਂਕਿ ਅਸੀਂ ਮਰਕਰੀ ਬਾਰੇ ਬਹੁਤ ਸੁਣਿਆ ਸੀ ਵੀ ਆਟイズਮ ਵਾਲੇ ਬੱਚਿਆਂ 'ਚ ਮਰਕਰੀ ਦਾ ਬਹੁਤ ਵੱਡਾ ਰੋਲ ਹੈ ਲੇਕਿਨ 2009 ਦੇ ਵਿੱਚ ਅਸੀਂ ਵੈਬਸਾਈਟ ਚੈੱਕ ਕਰ ਰਹੇ ਸੀ ਕਿਦਮ ਉਹਦੇ ਤਿਆਗ ਹੈ ਕਿ ਇੰਡੀਅਨ ਚਿਲਡਰਨ ਕ੍ਰਿਪਲ ਡਵਾਈਸ ਯੂਰੇਨੀਅਮ ਵੇਸਟ ਓਕੇ ਸਾਡਾ ਇੱਕਦਮ ਦਿਮਾਗ ਯੂਰੇਨੀਅਮ ਨਾਲ ਹੀ ਸੁਣਿਆ ਸੀ ਇਸ ਤੋਂ ਹਮਮ ਅਸੀਂ ਮੈਂ ਡਾਕਟਰ ਅਮਰ ਸਿੰਘ ਯਾਦ ਨਾਲ ਗੱਲ ਕੀਤੀ ਅਮਰ ਸਿੰਘ ਯਾਦ ਉਹਦੋਂ ਮੈਡੀਕਲ ਯੂਨੀਵਰਸਿਟੀ 'ਚ ਪ੍ਰੋਫੈਸਰ ਜੀ ਤੇ ਉਹ ਕਹਿੰਦੇ ਕਿਰਪਾ ਕਰ ਮੈਂ ਸੁਣਿਆ ਇੱਕ ਲਿਟਰੇਚਰ ਪੜਿਆ ਸੀ ਇੱਕ ਵਾਰੀ ਔਰ ਇਹ ਵਿਸ਼ਨੂ ਭਗਵਤ ਨੇ ਇਹਦੇ ਉੱਤੇ ਆਲਰੇਡੀ ਪਹਿਲਾਂ ਬੋਲਿਆ ਉਹ ਨੇਵੀ ਚੀਫ ਸੀਗਾ ਜੀ ਰਿਟਾਇਰਡ ਤੇ ਜੇਰਨੀਅਮ ਦੇ ਬਹੁਤ ਅਸਰ ਹੈਗਾ ਅਸੀਂ ਚੱਕ ਕੇ ਉਹ ਪ੍ਰੈਸ ਕਾਨਫਰੰਸ ਚੋ ਦਿੱਤੀ ਤੇ ਉਹ ਸਾਨੂੰ ਇਹਨਾਂ ਆਈਡੀਆ ਨਹੀਂ ਸੀ ਵੀ ਮੁੱਦਾ ਇੱਡਾ ਵੱਡਾ ਬਣ ਜਾਊਗਾ ਹੂੰ ਹੂੰ ਉਹ ਜੇਰਨੀਅਮ ਦੇ ਉੱਤੇ ਰਿਸਰਚ ਕੀਤੀ ਉਦੋਂ ਸ਼ੁਰੂ ਕੀਤੀ ਫਿਰ ਤੁਸੀਂ ਉਹ ਹਾਂ ਉਹਦੇ ਤੋਂ ਇੰਟਰਨੈਸ਼ਨਲ ਇਹ ਸਟਡੀ ਪਬਲਿਸ਼ ਹੋਈ ਹੂੰ ਹੂੰ ਔਰ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਤਾ ਵੀ ਨਿਊਯਾਰਕ ਟਾਈਮਜ਼ ਨੇ ਤੇ ਯੂਕੇ ਦਾ ਜਿਹੜਾ ਟਾਈਮ ਹੈਗਾ ਗਾਰਡੀਅਨਸ ਅਖਬਾਰ ਇਹਨਾਂ ਨੇ ਆਪਣੀ ਸੰਡੇ ਪੇਜ ਕਵਰ ਸਟੋਰੀਆਂ ਛਾਪੀਆਂ ਔਰ ਉਹਦੇ ਨਾਲ ਭਾਰਤ ਦੀ ਜਿਹੜੀ ਸੰਸਦ ਸੀ ਸੰਸਦ ਵੀ ਹੱਲ ਗਈ ਸੀ ਸੰਸਦ ਦੇ ਵਿੱਚ ਸੱਤ ਮੈਂਬਰੀ ਕਮੇਟੀ ਬਣਾਉਣੀ ਪਈ ਸੀ ਜੀ ਮੁਰਲੀ ਮਨੋਰ ਜੋਸ਼ੀ ਦੇ ਅੰਦਰ ਓਕੇ ਹਨ ਯੂਰੇਨੀਅਮ ਦੀ ਫਿਰ ਉਹਨਾਂ ਨੇ ਬਾਬਾ اٹੋਮਿਕ ਰਿਸਰਚ ਸੈਂਟਰ ਸੀੜਿਆ ਭਾਰਤੀ ਜਿਹੜੀ ਏਜੰਸੀ ਸੀ ਯੂਰੇਨੀਅਮ ਟੈਸਟ ਕਰਨ ਵਾਲੀ ਤੇ ਇਹਨਾਂ ਨੇ ਨਾਲ ਰੰਬੀ ਖੋਜ ਰੰਬੀ ਇਹਨੂੰ ਵੈਰੀਫਾਈ ਕਰਨ ਵਾਸਤੇ ਵੀ ਕਿਤੇ ਲੈਬ ਜਾਏ ਲੋਕ ਨੇ ਕਿਉਂਕਿ ਸਾਡੀ ਉਮਰ ਉਦੋਂ ਬਹੁਤ ਛੋਟੀ ਸੀ ਸਾਨੂੰ ਦੇਖਦੇ ਸੀ ਕਿੰਦੇ ਯਾਰ ਇਹ ਜਿਹੜੇ ਤੁਸੀਂ ਕੌਣ ਹੋ ਕਿਵੇਂ ਬੋਲੀ ਜਾਂਦੇ ਐਡੀ ਵੱਡੀ ਗੱਲ ਤੁਸੀਂ ਇੱਕ ਤਾਂ ਇਹ ਸੀਗਾ ਦੂਜੇ ਪਾਸੇ ਉਹ ਜਿਵੇਂ ਕਈ ਪਿੰਡ ਸੀ ਉਦੋਂ ਭਗਵੰਤ ਮਾਨ ਵੀ ਤੁਹਾਡੇ ਨਾਲ ਸ਼ਾਮਲ ਹੋਏ ਸੀ ਗੇਰਾ ਜੀ ਉਹ ਕੀ ਸੀ ਤਾਲਮੇਲ ਉਹਨਾਂ ਅਸੀਂ ਸੈਂਪਲ ਅਸੀਂ ਅਸਲ 'ਚ ਅਸੀਂ ਸੈਂਪਲ ਕਲੈਕਟ ਕਰ ਰਹੇ ਸੀ ਹੂੰ ਹੂੰ ਜਦੋਂ ਸੈਂਪਲਿੰਗ ਕਲੈਕਟ ਕਰਨੀ ਸੀ ਤਾਂ ਅਸੀਂ ਆਲਰੇੜੇ ਖੇਤਿਆਂ ਦੇ ਕਲੈਕਟ ਕਰਨੇ ਸੀ ਕੋਈ ਸੀ ਕੋਈ ਖੇਤਿਆਂ ਦੇ ਕਲੈਕਟ ਨਹੀਂ ਕਰ ਸਕਦੇ ਤੇ ਉਹ ਉਹਨਾਂ ਫਾਇਲ ਕਾਲ ਪਿੰਡਾਂ ਚ ਜਿਹੜਾ ਹੁਣ ਅੱਜ ਕੱਲ੍ਹ ਅਸ਼ਮਨ ਦੋਸਤ ਨਹੀਂ ਰਿਹਾ ਪੱਤਰਕਾਰ ਸੀਗਾ ਤੇ ਉਹ ਉਹਨੇ ਸਾਨੂੰ ਦੱਸਿਆ ਸੀ ਕਿ ਇੰਨਾ ਪਿੰਡਾਂ ਚ ਬੱਚੇ ਬਹੁਤ ਜ਼ਿਆਦਾ ਨੇ ਅਸੀਂ ਉਹਨੂੰ ਨਾਲ ਲੈ ਕੇ ਗਏ ਹੂੰ ਹੂੰ ਉਹਨੇ ਖਬਰ ਛਾਪਤੀ ਤੇ ਉਹਨਾਂ ਦਿਨਾਂ ਚ ਮਾਨਸਾਵ ਉਥੇ ਪਿੰਡਾਂ ਚ ਉਦੋਂ ਸੈਲੀਬ੍ਰਿਟੀ ਸੀ ਹੂੰ ਹੂੰ ਤੇ ਐਨ ਮੈਨੂੰ ਯਾਦ ਐ ਐਨਡੀ ਟੀਵੀ ਦੇ ਨਾਲ ਪਹੁੰਚੇ ਸੀ ਉਥੇ ਪਹਿਲੀ ਵਾਰੀ ਅਸਾਂ ਉਹਦਾ ਪਿੰਡ ਸੀਗਾ ਬੀਪੀਪੀ ਉਦੋਂ ਬਾਅਦ ਚਾਈ ਸੀ ਹੈਨਾ ਤੇ ਇਹੋ ਉਸ ਬਾਤ ਆਈ ਸੀ ਔਰ ਅਸੀਂ ਬਾਹਰ ਖੜ ਗਏ ਦੇਖੀਂਦੇ ਸੀ ਯਾਰ ਵੀ ਯਾਰ ਅੱਛਾ ਮਾਨਸਾਵਾ ਵੀ ਇਹਨਾਂ ਨੂੰ ਆਪਾਂ ਦਾ ਇੰਨਾ ਕੰਮ ਕਰੀ ਜਾਂਦੇ ਪਰ ਇਹਨਾਂ ਦਾ ਉਦੋਂ ਠੀਕ ਸੀਗਾ ਸਾਡੇ ਪ੍ਰਤੀ ਐਟੀਟਿਊਡ ਠੀਕ ਸੀਗਾ ਸਾਨੂੰ ਨਾਲ ਲੈ ਇਹਨਾਂ ਨੇ ਜਦੋਂ 2010 ਚ ਰਿਲੀਜ਼ ਹੋਈ ਨਾ ਸਟਡੀ ਉਦੋਂ ਫਿਰ ਸਾਨੂੰ ਸਰਕਾਰ ਨੇ ਗਵਰਨਮੈਂਟ ਨੇ ਪ੍ਰੈਸ਼ਰਾਈਜ਼ ਕਰਨਾ ਚਾਇਆ ਵੀ ਤੁਸੀਂ ਆਪਣੇ ਮੂੰਹ ਬੰਦ ਕਰੋ ਅੱਛਾ ਸਾਡੀ ਬੇਇੱਜ਼ਤੀ ਬਹੁਤ ਹੋ ਰਹੀ ਆ ਬਾਕੀ ਕਿਉਂਕਿ ਇਹ ਗੱਲ ਉੱਪਰ ਆ ਰਹੀ ਸੀ ਵੀ ਇੰਡੀਅਨ ਗਵਰਨਮੈਂਟ ਨੇ ਕੋਈ ਵੀ ਕੰਮ ਨਹੀਂ ਕੀਤਾ ਕੋਈ ਡਾਟਾ ਨਹੀਂ ਹੈਗਾ ਕੋਈ ਰਿਕਾਰਡ ਨਹੀਂ ਹੈਗਾ ਸਾਬਿਤ ਕਰਨ ਵਾਸਤੇ ਵੀ ਹਾਂ ਸਾਨੂੰ ਇਹ ਪਹਿਲਾਂ ਹੀ ਪਤਾ ਹੈਗਾ ਵੀਕ ਛੋਟੀ ਜੀ ਐਨਜੀਓ ਨੇ ਐਡੀ ਵੱਡੀ ਕੰਮ ਗੱਲ ਕਰਤੀ ਮੈਡੀਕਲ ਯੂਨੀਵਰਸਿਟੀ ਬੈਠੀ ਆ ਭਾਰਤ ਸਰਕਾਰ ਦੇ ਸਾਰੇ ادارے ਬੈਠੇ ਆ ਕਿ ਬਾਬਾ ਟੋਮੀ ਕੇ ਰਿਸਰਚ ਸੈਂਟਰ ਬੈਠਾ ਹੈ ਉਹਨੇ ਅਜੇ ਤੱਕ ਕੋਈ ਸਟਡੀ ਪਬਲਿਸ਼ ਨਹੀਂ ਕੀਤੀ ਤੇ ਇਹਨਾਂ ਨੇ ਛੋਟੇ ਸੈਂਟਰ ਨੇ ਕਰਤੀ ਜੀ ਤਾਂ ਉਦੋਂ ਫਿਰ ਸੈਂਟਰ ਸਾਡਾ ਬੰਦ ਕਰਤਾ ਸੀ ਬਾਬਾ ਫਰੀਦ ਸੈਂਟਰ ਫੋਰਸ ਉਹਦੋਂ ਗਵਰਨਰ ਆਉਂਦਾ ਉਹਨਾਂ ਦੇ ਨਾਲ ਚ ਬੰਦ ਕਰਤਾ ਸੀ ਉਦੋਂ ਭਗਵਾਨ ਮਾਨ ਨੇ ਰੈਲੀ ਕੀਤੀ ਸੀ ਸਾਡੇ ਹੱਕ ਦੇ ਵਿੱਚ ਨਹਿਰਾ ਤੋਂ ਸ਼ੁਰੂ ਹੋ ਕੇ ਤੇ ਪਾਰਕ ਤੱਕ ਗਏ ਸੀ ਮੈਨੂੰ ਯਾਦ ਹੈ ਉਹਦੋਂ ਜਿਹੜੇ ਇਹ ਮੌਜੂਦਾ ਜਿਹੜੇ ਸਾਡੇ ਲੋਕ ਸਪੀਕਰ ਨੇ ਇਹ ਉਹਦੋਂ ਉਹ ਸਟੇ ਸੈਕਟਰੀ ਸੀਗੇ ਅੱਛਾ ਤੇ ਉਸੇ ਰਾਤ ਹੀ ਰਵੀ ਸ਼ਰਗਿਲਾ ਆਇਆ ਸੀ ਹੂੰ ਹੂੰ ਉਹਨੇ ਰਾਤ ਨੂੰ ਨਾਈਟ ਸ਼ੋਅ ਕੀਤਾ ਸੀ ਹੂੰ ਹੂੰ ਤਾਂ ਕਿ ਥੋੜਾ ਪ੍ਰੈਸ਼ਰ ਕਟੇ ਸਾਡੇ ਤੋਂ ਮੈਂ ਉਦੋਂ ਫਰਾਂਸ ਸੀ ਕਿ ਮੈਨੂੰ ਲੋਕ ਸਾਰੇ ਨਿਊਜ਼ ਪੇਪਰਾਂ ਦੇ ਐਡੀਟਰਸ ਮੈਨੂੰ ਫੋਨ ਕਰਕੇ ਕਹਿ ਰਹੇ ਸੀ ਫਿਰ ਪਲ ਪਿੱਛੇ ਨਾਟੀ ਤੇਰੇ ਨਾਲ ਆ ਸੀ ਔਰ ਬੜਾ ਮਾਣ ਨਾਲ ਮੈਂ ਕਹਿ ਸਕਦਾ ਮੈਨੂੰ ਪੰਜਾਬ ਦੇ ਮੀਡੀਆ ਦਾ ਮੈਂ ਕਦੇ ਦੇਣ ਨਹੀਂ ਦੇ ਸਕਦਾ ਉਸ ਘੜੀ ਚ ਉਹ ਇੱਕ ਛੋਟੀ ਜੀ ਉਮਰ ਚ ਇੱਕ ਲੜਕੇ ਦੀ ਤੁਸੀਂ ਅਣਜਾਣ ਬੰਦੇ ਦੀ ਭਾਰਤ ਦੇ ਜਿਹੜੇ ਸਾਰੇ ادارے ਆ ਨੇ মিডিਆ ادارے ਨੇ ਹਨਾ ਉਹ ਦੀਵਾਰ ਦੀ ਤਰ੍ਹਾਂ ਖੜੇ ਸੀ ਜੀ ਮੈਂ ਕੁਝ ਵੀ ਨਹੀਂ ਸੀ ਉਦੋਂ ਨਾ ਸਾਡੇ ਨਾਲ ਸੀ ਨਾ ਇਵਨ ਆਸੇਰ ਕੋਲ ਉਦੋਂ ਜੇ ਸਾਡੇ ਤੋਂ ਲਿਟਰੇਚਰ ਮੰਗਦੇ ਸੀ ਤਾਂ ਲਿਟਰੇਚਰ ਤਾਂ ਉਹਨਾਂ ਮੈਡੀਕਲ ਜਰਨਲਸ ਜਾ ਕੇ ਲੈਬੋਰੀ ਲਾਇਬ੍ਰੇਰੀਆਂ ਵਿੱਚ ਕੱਢਣੇ ਪੈਣਗੇ ਤੁਹਾਨੂੰ ਹੂੰ ਹੂੰ ਉਹਦੇ ਘੜੇ ਨੈਟ ਤੇ ਅਵੇਲੇਬਲ ਹੁੰਦੇ ਸੀ ਸਹੀ ਤਾਂ ਉਹ ਨਾ ਘੜੀਆਂ ਚ ਸਿਰਫ মিডিਏ ਨਾਲ ਖੜਾ ਸੀਗਾ ਤੇ ਸਾਰੇ ਅਖਬਾਰ ਸਾਰੇ ਇਲੈਕਟ੍ਰੋਨਿਕ ਸਾਰੇ ਪੋਡਕਾਸਟ ਐਫ ਐਮ ਸਾਰਿਆਂ ਨੇ ਸਾਡੀ ਵਿਦੇਸ਼ ਦੀ ਸੇ ਪੱਤਰਕਾਰਾਂ ਨੇ ਸਾਡੀ ਮਦਦ ਕੀਤੀ ਐਨਾ 2012 ਜਦੋਂ ਸਟਡੀ ਰਿਲੀਜ਼ ਹੋਈ ਬਾਬਾ ਟਰਮਿੰਗ ਮੈਨੂੰ ਯਾਦ ਹੈ 4 ਵਜੇ ਆਕਾਸ਼ਵਾਣੀ ਚੱਲ ਰਹੀ ਸੀ 5 ਵਜੇ ਟੀਵੀ ਦੇ ਵਿੱਚ ਤੇ ਉਥੇ ਖਬਰ ਪੜੀ ਜਾ ਰਹੀ ਸੀ ਟ੍ਰਿਬਿਊਨ ਦੀ ਉਹਦੇ ਚ ਸੀਗਾ ਕਿ ਆਖਿਰ ਭਾਰਤ ਸਰਕਾਰ ਨੇ ਕਬੂਲਿਆ ਪੰਜਾਬ ਦੇ ਵਿੱਚ ਹੈਜੂਰੇਨੀਅਮ ਤੇ ਮੈਂ ਮੇਰੇ ਮਾਮੇ ਦੇ ਘਰੇ ਸੁੱਤਾ ਪਿਆ ਸੀ ਤੇ ਮੈਂ ਉੱਠ ਕੇ ਇੱਕਦਮ ਐ ਲੱਗਾ ਬਹੁਤ ਵੱਡਾ ਬੋਝ ਉੱਤਰ ਗਿਆ ਹੋਵੇ ਮੇਰੇ ਸਿਰ ਤੋਂ ਹਣ ਮੈਂ ਸ਼ੁਕਰ ਆ ਵੀ ਰੱਬ ਦਾ ਯਾਰ ਮੇਰੇ ਮੇਰਾ ਜਿਹੜਾ ਕੰਮ ਕਰ ਰਹੀ ਸੀ ਹਾਂ ਮੈਂ ਇੱਕ ਹੀ ਵੇਲੇ ਚੱਲ ਯਾਰ ਮੇਰਾ ਖਿਹੜਾ ਛੁੱਟਿਆ ਯਾਰ ਹੂੰ ਹਾਂ ਨਾ ਵੀ ਮੈਂ ਤਾਂ ਇਹਨਾਂ ਨੇ ਮਾਰਨ ਲੇ ਲਿਆ ਸੀਗਾ ਹਰ ਗੱਲ 'ਚ ਕੁਐਸਚਨ ਹਰ ਗੱਲ 'ਚ ਕੁਐਸਚਨ ਤੇ ਇਹ ਜੂਰੇਨੀਅਮ ਦਾ ਨੁਕਸਾਨ ਕੀ ਸੀ ਫਿਰ ਜੂਰੇਨੀਅਮ ਦੇ ਕੋਈ ਸਟਾਰਟਿੰਗ ਤੇ ਗੌਰਮੈਂਟ ਨੇ ਕਹੇ ਵੀ ਦਾ ਕੋਈ ਨੁਕਸਾਨ ਨਹੀਂ ਪਹਿਲੀ ਗੱਲ ਤਾਂ ਗੌਰਮੈਂਟ ਨੇ ਕਹੇ ਹੈ ਹੀ ਨਹੀਂ ਫਿਰ ਕਹਿੰਦੇ ਤਾਂ ਕੋਈ ਨੁਕਸਾਨ ਨਹੀਂ ਫਿਰ ਇਹਨਾਂ ਨੇ ਲਿਮ ਹਾਂ ਨਾ ਵੀ ਜੇ ਪਾਣੀ ਚ 60 ਮਾਈਕਰੋਗ੍ਰਾਮ ਯੂਰੇਨੀਅਮ ਹੈਗਾ ਹੂੰ ਹੂੰ ਫਿਰ ਤਾਂ ਪੀਪੀਬੀ ਹੈਗਾ ਤਾਂ ਫਿਰ ਕੋਈ ਖਤਰਾ ਨਹੀਂ ਤਾਂ ਉਹ ਅਸੀਂ ਕਹਿੰਦੇ ਸੀ ਨੀ ਵੀ ਸਾਰੀ ਦੁਨੀਆ ਜਦੋਂ ਵੀ ਕਹਿ ਰਹੀ ਹੈ ਤੁਸੀਂ 60 ਕਿਵੇਂ ਕਹੀ ਜਾਂਦੇ ਹੋ ਹੂੰ ਹੂੰ ਫਿਰ ਕਹਿੰਦੇ ਜੇ ਇਹਦਾ ਕੋਈ ਨੁਕਸਾਨ ਕੋਈ ਨਹੀਂ ਹੁਣ ਸਾਰੀ ਗੱਲ ਨਹੀਂ ਸਾਬਿਤ ਹੋ ਗਈਆਂ ਠੀਕ ਆ ਮੈਂ ਉਹ ਸਾਰੇ ਅੱਜ ਕੱਲ੍ਹ ਉਹ ਸਟੱਡੀ ਦਾ ਜਿਹੜਾ ਫਾਇਦਾ ਲਿਆ ਉਹ ਵੱਡੇ ਵੱਡੇ ਕਾਲਜ ਜਾਣੇ ਲਿਆ ਲੱਖਾਂ ਕਰੋੜਾਂ ਰੁਪਏ ਦੀ ਗ੍ਰਾਂਟਾਂ ਲੈ ਗਏ ਹੋ ਐਨ ਹੁਣ ਉਹ ਪਬਲਿਸ਼ ਹੋ ਗਿਆ ਕਿ ਠੀਕ ਹੈ ਜੀ ਵੀ ਇਹਦਾ ਜੀਰਨੀਅਮ ਦੀ ਟਾਕਸਿਸਿਟੀ ਵੀ ਹੈਗੀ ਆ ਇਹਦੀ ਰੇਡੀਏਸ਼ਨ ਵੀ ਹੈਗੀ ਆ ਔਰ ਪਹਿਲਾਂ ਗਵਰਨਮੈਂਟ ਇਹ ਮੰਨ ਨਹੀਂ ਰਹੀ ਸੀ ਪਹਿਲਾਂ ਕਹਿੰਦੀ ਸੀ ਵੀ ਨਹੀਂ ਜੇ ਤਾਂ ਕੁਦਰਤੀ ਆ ਰਿਹਾ ਹੈ ਪਾਣੀ ਚ ਹੈਗਾ ਹੁਣ ਤੇ ਗੱਲ ਸਾਬਿਤ ਹੋ ਗਈ ਵੀ ਇਹ ਜੀਰਨੀਅਮ ਜਿਹੜਾ ਆ ਰਿਹਾ ਉਹ ਤੁਹਾਡੇ ਡੀਪੀ ਖਾਦ ਚੋਂ ਆ ਰਿਹਾ ਅੱਛਾ ਤੇ ਦੂਜੇ ਪਾਸੇ ਪਾਣੀ ਦੀ ਗੱਲ ਕਰਦੇ ਹਾਂ ਤਾਂ ਪਾਣੀ ਦੇ ਵਿੱਚ ਬੜਾ ਕੁਝ ਸੀ ਤੁਸੀਂ ਉਹਨਾਂ ਦੇ ਨਾਲ ਚ ਆਪਣੀ ਗੱਲ ਵੀ ਹੋਈ ਸੀ ਕਿਤੇ ਵੀ ਜਿਹੜੇ ਆਰਓ ਹੈ ਘਾਤਕ ਹੈ ਜੀ ਤੇ ਪਹਿਲਾਂ ਚਰਚਾ ਸੀ ਕਿ ਇਹ ਆਰਓ ਵਾਲੀਆਂ ਕੰਪਨੀਆਂ ਹੀ ਨੇ ਕੁਝ ਧਿਰਾਂ ਨੂੰ ਪ੍ਰਮੋਟ ਕੀਤਾ ਗਿਆ ਧਰਤੀ ਹਟਲਾ ਪਾਣੀ ਮਾੜਾ ਡੈਫੀਨਟਲੀ ਉਦੋਂ ਅਸੀਂ ਬੇਸ਼ੱਕ ਤੁਸੀਂ ਉਹਨਾਂ ਦਿਨਾਂ ਦੇ ਅਖਬਾਰ ਕੱਢ ਕੇ ਦੇਖੋਗੇ ਅਸੀਂ ਉਹਨਾਂ ਦਿਨਾਂ 'ਚ ਹੀ ਕਿਹਾ ਸੀ ਕਿ 2% ਸੋਲੂਸ਼ਨ ਲਈ 100% ਇਨਵੈਸਟਮੈਂਟ ਠੀਕ ਨਹੀਂ ਹੈ ਜੀ ਵੀ ਜਿਹੜੇ ਨੀਲੇ ਆਰਓ ਲੱਗੇ ਸੀਦੋਂ ਹਮ ਹਮ ਨੰਦੀ 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 ਹਨਾ ਨੰਦੀ ਵਾਲਿਆਂ ਦੇ ਹਮ ਹਮ ਤਾਂ 2% ਸੋਲੂਸ਼ਨ ਦੇ ਲਈ 100% ਤੁਸੀਂ ਇਨਵੈਸਟਮੈਂਟ ਜਿਹੜੀ ਕਰ ਰਹੇ ਹੋ ਠੀਕ ਨਹੀਂ ਹੈ ਕਿਉਂਕਿ ਨਾ ਤਾਂ ਇਹ ਜੇਰੇਨੀਅਮ ਫਿਲਟਰ ਕਰਦਾ ਹੈ ਨਾ ਹੈਵੀ ਮੈਟਲ ਫਿਲਟਰ ਕਰਦਾ ਹੈ ਅੱਛਾ ਇਹ ਜਿਹੜੇ ਹੈਗੇ ਜਿਹੜੀ ਸਟੱਡੀ ਹੈ ਸਾਡੀ ਉਹਦਾ ਫਾਇਦਾ ਚੱਕ ਰਹੇ ਨੇ ਲੋਕੇ ਐਨ ਦੂਸਰਾ ਤੁਸੀਂ ਪੀਣ ਵਾਸਤੇ ਤਾਂ ਸਿਰਫ 2% ਬੀ 2 ਲੀਟਰ ਪਾਣੀ ਪੀਣੇ ਨਾਉਣ ਵਾਸਤੇ ਅਸੀਂ 50 ਲੀਟਰ ਪਾਣੀ ਢੋਲ ਦਿੰਦੇ ਆ ਦੇ ਉੱਪਰ ਹਾਂ ਹਾਂ ਹਰ ਜਿਹੜੇ ਸਕਿਨ ਪੋਰਸ ਸਾਡੇ ਉਹਨਾਂ ਦੇ ਜ਼ਰੀਏ ਵੀ ਟੌਕਸਿਸਿਟੀ ਤਾਂ ਉਹਨਾਂ ਦੇ ਜ਼ਰੀਏ ਵੀ ਅੰਦਰ ਜਾਊਗੀ ਉਹ ਵੀ ਗੱਲ ਸਹੀ ਆ ਰਾਈਟ ਤੇ ਤੁਸੀਂ ਉਹ ਫੂਡ ਚੇਨ ਜਿਹੜੀ ਕੀ ਕਰੋਗੇ ਤੁਹਾਡੀ ਦਾਲਾਂ ਐ ਤੁਹਾਡੇ ਗ੍ਰੇਨਸ ਐ ਜਿੰਨੀਆਂ ਅਨਾਜ ਐ ਤੁਹਾਡਾ ਖੇਤਾਂ ਨੂੰ ਲੱਗ ਰਿਹਾ ਪਾਣੀ ਤੇ ਉਹ ਤੁਹਾਡੀ ਫੂਡ ਚੇਨ ਚ ਆ ਜੂਗਾ ਪਸ਼ੂਆਂ ਪਿਆਉਂਗੇ ਦੁੱਧ ਚਾਊਗਾ ਮਨ ਲਾ ਸਾਡੇ ਸੀ ਵੀ ਇਹ ਇਹ ਚੀਜ਼ ਦਾ ਕੋਈ ਸੋਲੂਸ਼ਨ ਨਹੀਂ ਹੈਗਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਆਰਓ ਲਾ ਕੇ ਅਸੀਂ ਮਾਮਲਾ ਸੈੱਟ ਕਰਤਾ ਇਹਦਾ ਓਵਰਆਲ ਤੁਸੀਂ ਸੋਚੋ ਵੀ ਇਹਦਾ ਸੋਰਸ ਕੀ ਐ ਹੈਵੀ ਮੈਟਲ ਦਾ ਉਹਨੂੰ ਬੰਦ ਕਰੋ ਉਹਦੇ ਵਿੱਚ ਇਹ ਹੁਣ ਲੋਬੀ ਬਹੁਤ ਵੱਡੀ ਐ ਉਹ ਜਿਹੜੀ ਖਾਦ ਇੰਡਸਟਰੀ ਉਹ ਵੱਡੀ ਐ ਜੀ ਹੁਣ ਮੈਂ ਕਹਾਂ ḍe p ਚ ਜੀਰੇਨੀਅਮ ਤਾਂ ਹੈਵੀ ਮੈਟਲ ਹੈਗੀਆਂ ਤਾਂ ਇਹ ਐਕਸੈਪਟ ਕਰਨਾ ਇਹਨਾਂ ਨੂੰ ਔਖਾ ਸੀਗਾ ਜੀ ਅਨ ਦਬਾਈ ਰੱਖੀ ਇਹਨਾਂ ਨੇ ਅੱਜ ਤੱਕ ਵੀ ਐਡਮਿਟ ਨਹੀਂ ਕਰ ਰਹੀ ਯੂਨੀਵਰਸਿਟੀ ਬੀ ਐਚ ਜੀਰੇਨੀਅਮ ਆ ਰਿਹਾ ਹੈਗਾ ਹੁਣ ਜੀਰੇਨੀਅਮ ਦੀ ਜਿਹੜੀ ਉਮਰ ਆ ਉਹਦੀ ਹਾਫ ਲਾਈਫ ਤਾਂ ਹੈ ਹੀ ਨਹੀਂ ਜੀ ਉਹਦੀ ਉਮਰ ਹੀ ਹੈ ਨਹੀਂ ਕੋਈ ਵੀ ਉਹ ਇੱਕ ਵਾਰੀ ਧਰਤੀ ਤੇ ਆ ਗਿਆ ਉਹ ਨਹੀਂ ਜਾਣਾ ਹੀ ਨਹੀਂ ਧਰਤੀ ਦੇ ਬਰਾਬਰ ਉਹਦੀ ਉਮਰ ਹੈ ਹਮ ਹਮ ਅਨ ਤੁਸੀਂ ਇਹ ਇਤਰਾਜ਼ ਦੀ ਹੈ ਵੀ ਤੁਸੀਂ ਹਜੇ ਵੀ ਛਿੱਟੀ ਜਾਂਦੇ ਹੋ ਖੇਤਾਂ ਦੇ ਵਿੱਚ ਹੁਣ ਜਿਹੜਾ ਆਲੂ ਹੈ ਵੀ ਆਲੂ ਦੇ ਉੱਤੇ ਤੁਸੀਂ ਸੋਚ ਇਹ ਸੋਚ ਸਕਦੇ ਮੈਂ ਆਪਦੇ ਘਰੇ ਜੋ ਗੱਲ ਕਰਦਾ ਹੁੰਨਾ ਆਲੂ ਜੇ ਖਾ ਰਹੇ ਤਾਂ ਇਹ ਸਮਝੋ ਜਰੀਨ ਦਾ ਡਲਾ ਹੀ ਖਾਈ ਜਾਂਦੇ ਯਾਰ ਤੇ ਉਹਦਾ ਨਤੀਜਾ ਉਦੋਂ ਅਸੀਂ ਲੋਕਾਂ ਨੂੰ ਕਹਿ ਰਹੇ ਸੀ ਵੀ ਤੁਹਾਡੇ ਬੱਚੇ ਬਹੁਤ ਡਿਫਾਰਮ ਹੋਣਗੇ ਬੱਚੇ ਬਹੁਤ ਮੈਂਟਲ ਡਿਸੇਬਲਡ ਹੋਣਗੇ ਜਾਂ ਬੱਚੇ ਬਹੁਤ ਸਰੀਆਂ ਡਿਫਾਰਮਿਟੀਜ਼ ਹੋਣੀਆਂ ਜੈਨੇਟਿਕ ਮਿਊਟੇਸ਼ਨਾਂ ਆਉਣੀਆਂ ਹੁਣ ਉਹਦਾ ਨਤੀਜਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਆਰਟਿਸਮ ਦੀ ਰੇਟ ਸੀ ਜਿਹੜੀ ਜਦੋਂ 2003 ਦੀ ਗੱਲ ਸੀਗੀ ਉਦੋਂ 150 ਮਗਰ ਇੱਕ ਮੈਂ ਆਪਨੇ ਆਰਟੀਕਲ ਲਿਖਿਆ ਹੋਇਆ ਹੂੰ ਹੂੰ ਔਰ ਹੁਣ ਜਿਹੜਾ 250 ਮਗਰ ਇੱਕ ਪਹੁੰਚ ਗਈ ਹੈ ਅੱਛਾ ਹਣਾ ਉਹ ਅੰਤਰਰਾਸ਼ਟਰੀ ਲੈਵਲ ਤੇ ਅੰਤਰਰਾਸ਼ਟਰੀ ਲੈਵਲ ਤੇ ਵੱਧ ਗਈ ਆ ਵੱਧ ਗਈ ਸਹੀ ਅੰਤਰਰਾਸ਼ਟਰੀ ਲੈਵਲ ਤੇ ਵੱਧ ਗਈ ਆ ਹਮਮ ਔਰ ਪਹਿਲਾਂ ਇਹ ਭਲੇਖਿਆ ਜਾਂ ਹੁੰਦਾ ਸੀ ਜਦੋਂ ਵੀ ਬਾਹਰੋਂ ਕੋਈ ਕੈਨੇਡਾ ਤੋਂ ਆਉਂਦਾ ਸੀ ਨਾ ਬੰਦਾ ਉਹਦਾ ਇੰਜ ਰਹਾਦਾ ਹੁੰਦਾ ਸੀ ਕੈਨੇਡਾ ਤੋਂ ਇੰਡੀਆ ਕੈਨੇਡਾ ਯਾਰ ਕੈਨੇਡਾ ਵੀ ਕੋਈ ਮਾੜਾ ਖਾਣਾ ਖਵਾਉਗਾ ਅਮਰੀਕਾ ਵਾਲੇ ਥੋੜੇ ਮਾੜਾ ਖਾਣਾ ਖਾਂਦੇ ਆ ਹਮਮ ਜਾਂ ਆਪਾਂ ਵਾਲੇ ਕਹਣਗੇ ਅੱਛਾ ਚਲ ਭਾਰਤ ਤੇ ਮੰਨੀਏ ਇੱਥੇ ਜੀ ਰਹੀਆਂ ਹੈਗਾ ਜਾਂ ਪੋਲੂਸ਼ਨ ਹੈ ਤਾਂ ਅਮਰੀਕਾ ਕੀ ਹੈ ਜਦੋਂ ਹੁਣ ਉਹਨਾਂ ਦੀ ਸਟੱਡੀ ਕਰੀਦੀ ਐ ਉਹਨਾਂ ਦੀ ਕਾਨਫਰੰਸਾਂ ਤੇ ਜਾਈਦਾ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਤਾਂ ਬਹੁਤ ਵੱਡੇ ਇੱਥੇ ਅਸਲ ਚ ਗੇਮ ਪਲੇਅਰ ਹੀ ਇੱਥੇ ਬੈਠੇ ਆ ਹਾਂ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਅਮਰੀਕਨ ਤੇ ਹੁੰਦਾ ਸਹੀ ਗੱਲ ਕੈਨੇਡੀਅਨ ਆਪਾਂ ਤਾਂ ਫੇਰ ਵੀ ਕਿਸਮਤ ਵਾਲੇ ਹਾਂ ਹਾਂ ਆਪਾਂ ਤਾਂ ਫੇਰ ਵੀ ਕਿਸਮਤ ਵਾਲੇ ਵੀ ਸਾਡੇ ਤਾਂ 20 ਸਾਲ ਬਾਅਦ ਪਹੁੰਚਦਾ ਉਹ ਤੱਕ ਕੋਈ ਰੋਲਾ ਪਾ ਲੰਦਾ ਹਾਂ ਵੀਰ ਜਾਂਦਾ ਜਿਵੇਂ ਹੁਣ ਸਾਡੇ ਸਰੋਂ ਵਾਸਤੇ ਵੀਰਗੇ ਕਿਸਾਨ ਕਿਸਾਨ ਜਿੱਥੇ ਬੰਦੀ ਸਾਰੀਆਂ ਵੀਰਗੀਆਂ ਵੀ ਅਸੀਂ ਜੈਨੇਟਿਕ ਮੋਡੀਫਾਈਡ ਸਰੋਂ ਨਹੀਂ ਲੈਣੀ ਹਾਂ ਨਾ ਤੇ ਉੱਥੇ ਤਾਂ ਜੀਐਮਆਈ ਨੂੰ ਦਾ 20 ਸਾਲ ਹੋ ਸਹੀ 15 15 ਸਾਲ ਦੇ ਆਸ-ਪਾਸ ਹੋ ਗਏ ਹੋਣਗੇ ਉੱਥੇ ਤਾਂ ਇਹ ਹੈ ਕਿ ਤੁਹਾਨੂੰ ਇਹ ਦੱਸ ਕੇ ਵੀ ਨਹੀਂ ਦਿੱਤਾ ਜਾਂਦਾ ਖਾਣਾ ਇੱਥੇ ਤਾਂ ਚਲੋ ਤੁਹਾਨੂੰ ਇਹ ਨਾ ਵੀ ਪਤਾ ਹੈਗਾ ਵੀ ਇੱਥੇ ਜੀਐਮ ਨਹੀਂ ਆਇਆ ਉੱਥੇ ਤਾਂ ਤੁਸੀਂ ਥੋੜੇ ਜਿਹੜੇ ਤੱਕੇ ਨਾਲ ਥੋੜੇ ਖਾਣੇ ਦੇ ਵਿੱਚ ਤੁਹਾਨੂੰ ਇਹ ਵੀ ਦੱਸਿਆ ਵੀ ਨਹੀਂ ਜਾ ਰਿਹਾ ਵੀ ਇਹ ਜੀਐਮ ਹੈ ਜੀ ਤਾਂ ਬਹੁਤ ਸਾਰੇ ਇਹ ਹੈਗਾ ਥੋੜੇ ਖਾਣੇ ਦੇ ਵਿੱਚ ਹਾਈਬ੍ਰਿਡੇਸ਼ਨ ਕਰ ਕਰਕੇ ਉਹ ਕੇਲੇ ਦਾ ਨਾਂ ਹੀ ਕੇਲਾ ਰਹਿ ਗਿਆ ਅੰਦਰ ਤਾਂ ਕੁਛ ਰਿਆ ਨਹੀਂ ਉਹ ਇੱਕ ਦਿਨ ਮੈਂ ਵੀ ਦੇਖਦਾ ਸੀ ਕਿ ਸੱਜਣ ਨੇ ਦਿਖਾਇਆ ਕਿ ਪਹਿਲਾਂ ਜਿਹੜਾ ਕੇਲਾ ਹੁੰਦਾ ਸੀ ਵਿੱਚ ਵੀ ਹੁੰਦੇ ਸੀ ਜੀ ਤੇ ਹੁਣ ਅੱਜ ਕੱਲ ਹੈ ਨਹੀਂ ਕੁਝ ਹੋਰ ਹੀ ਹੁੰਦਾ ਔਰ ਨਹੀਂ ਉਹ ਤੇ ਅੰਬ ਦੇ ਵਿੱਚ ਵੀ ਜਾਂ ਇਹਨਾਂ ਦੇ ਵਿੱਚ ਵੀ ਸੇਬਾਂ ਦੇ ਵਿੱਚ ਵੀ ਉਹ ਸੀਡਲੈਸ ਹਾਂ ਜਿਹੜੇ ਸੀਡਲੈਸ ਕਰਨ ਦਾ ਸੀਡਲੈਸ ਕਰਨ ਦਾ ਪਿੱਛੇ ਕਾਰਨ ਸੀ ਨਾ ਕੰਪਨੀਆਂ ਦਾ ਕਬਜ਼ਾ ਸੀ ਹੂੰ ਹੂੰ ਵੀ ਸੀਡ ਸਾਡੇ ਤੋਂ ਹੀ ਲਿਆ ਜਾਵੇ ਹਾਂ ਤੁਸੀਂ ਦੇਖੋ ਕਿਸਾਨ ਵੀ ਸੀਡਲੈਸ ਕਰਦੇ ਆ ਕਿਸਾਨ ਵੀ ਕਿਦੂਆਂ ਦਾ ਵੀ ਨਹੀਂ ਤੁਹਾਡੇ ਕੋਲੇ 2012 ਚ ਇੱਕ ਕਾਨਫਰੰਸ ਇਥੇ ਚ ਅਮਰਤਾ ਚੌਧਰੀ ਜਿਹੜੀ ਇੰਡੀਅਨ ਐਕਸਪ੍ਰੈਸ ਦੀ ਸੀ ਅਸੀਂ ਦੋਨੇ ਇਕੱਠੇ ਬੈਠੇ ਸੀ ਹੂੰ ਉਹਨਾਂ ਉਸ ਕਾਨਫਰੰਸ ਇੱਕ ਬਕਤਾ ਬੋਲ ਰਿਹਾ ਸੀ ਕਿ ਤੁਹਾਡੇ ਖੇਤ ਤੁਹਾਡੇ ਨਹੀਂ ਰਹਿਣੇ ਤੁਹਾਡੇ ਖੇਤਾਂ ਤੇ ਕਬਜ਼ਾ ਹੋ ਜਾਊਗਾ ਵੀਸ ਤੁਹਾਡੇ ਹੋ ਜਾਣਗੇ ਤੋ ਉਦੋਂ ਮੈਂ ਅਸੀਂ ਦੋਨੇ ਥੋੜੇ ਪਿੱਛੇ ਨੂੰ ਜਨਰਲੀ ਤੌਰ ਤੇ ਇੱਕ ਉਹ ਚੁਟਕੀ ਲਈ ਸੀ ਉਹ ਵੀ ਯਾਰ ਐਵੇਂ ਕਾਹ ਤੋਂ ਡਰਾਈ ਨੇ ਯਾਰ ਲੋਕਾਂ ਨੂੰ ਪਰ ਹੁਣ ਇਹ ਲੱਗਦਾ ਵੀ ਯਾਰ ਖੇਤ ਵੀ ਸਾਡਾ ਨਹੀਂ ਹੈਗਾ ਫਸਲ ਵੀ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਵੇਚ ਸਕਦੇ ਵੇਚ ਵੀ ਨਹੀਂ ਸਕਦੇ ਵੇਚ ਵੀ ਆਪਣੀ ਮਰਜ਼ੀ ਨਾਲ ਨਹੀਂ ਸਕਦੇ ਔਰ ਬੀਜਣਾ ਕੀ ਉਹ ਵੀ ਉਹ ਖੇਤ ਵਾਲੇ ਬੀਜ ਕਿਹੜਾ ਬੀਜਣਾ ਉਹ ਵੀ ਖੇਤ ਵਾਲੇ ਦੱਸਣ ਕੰਪਨੀਆਂ ਦੱਸਣੀਆਂ ਸਪਰੇ ਕਿਹੜੀ ਕਰਨੀ ਉਹ ਵੀ ਕੰਪਨੀਆਂ ਦੱਸਣੀਆਂ ਮਤਲਬ ਫਰਦ ਫਰਦ ਤੁਹਾਡੇ ਕੋਲ ਹੈਗੇ ਉਹ ਵੀ ਕਰਜ਼ੇ ਵਾਲੀ ਸਹੀ ਹੈ ਹਨਾ ਬਾਕੀ ਕਬਜ਼ਾ ਉਹਨਾਂ ਦਾ ਹੀ ਹੈ ਤੇ ਇਹ ਚੀਜ਼ਾਂ ਨੇ ਉਥੋਂ ਦੀ ਹੈਲਥ ਨੂੰ ਵੀ ਇੰਪੈਕਟ ਕੀਤਾ ਸੇਮ ਇੰਡੀਆ ਦੀ ਹੈਲਥ ਨੂੰ ਵੀ ਉਵੇਂ ਇੰਪੈਕਟ ਕੀਤਾ ਅ ਜਿਹੜੀ ਇੱਥੋਂ ਦੀ ਹੁਣ ਤrass ਦੀ ਇਹ ਵੀ ਜੇ ਤੁਸੀਂ ਡੀਏਪੀ ਬੰਦ ਨਾ ਕੀਤੀ ਹਮ ਹਾਂ ਆਹ ਨਾਲੇ ਦਸ ਸਾਲਾਂ ਦੇ ਵਿੱਚ ਜੀ ਤੇ ਪੰਜਾਬ ਇੱਕ ਤਰ੍ਹਾਂ ਦਾ ਬੰਬ ਤੇ ਆਗ ਬਹਿ ਜਾਊਗਾ ਹੋ ਹਨਾ ਵੀ ਐਨੇ ਇੰਨੇ ਜਿਵੇਂ ਤੁਸੀਂ ਦੱਸਿਆ ਕਿ ਜੂਰੇਨੀਅਮ ਉਹਦੇ ਚਾ ਲੈਡੋ ਤੇ ਚਾਰਸੈਨਿਕ ਉਹਦੇ ਚਾ ਹੁਣ ਨੰਦੀ ਦਾ ਜਿਹੜਾ ਇੱਥੋਂ ਦਾ ਸੀਓ ਸੀਗਾ ਹਮ ਹਾਂ ਉਹ ਕੁਦਰਤੀ ਹੁਣ ਇੱਕ ਸਾਈਕੋਥੈਰੇਪੀ ਦਾ ਕੋਰਸ ਹੈ ਪੀਟਰ ਲਵਾਈਂ ਦਾ ਕੋਰਸ ਹੈ ਤੇ ਉਹ ਰਿਸ਼ੀਕੇਸ਼ ਚ ਚੱਲ ਰਿਹਾ ਸੀ ਤੇ ਉੱਥੇ ਮੈਨੂੰ ਮੈਂ ਵੀ ਉਹ ਜੁਆਇਨ ਕੀਤਾ ਹੋਇਆ ਸੀ ਅਮਰੀਕਾ ਤੋਂ ਆਇਆ ਹੋਇਆ ਸੀ ਬੰਦਾ ਉਹ ਸਾਈਕੋਥerapist ਤੇ ਉੱਥੇ ਉਹ ਮੇਰੇ ਨਾਲ ਮਿਲਿਆ ਤੇ ਮੈਨੂੰ ਜਨਰਲ ਗੱਲ ਕਰਦੇ ਕਰਦੇ ਤੇ ਉਹ ਇੱਕਦਮ ਅੰਦਰੋਂ ਗੁੱਸੇ ਵਿੱਚ ਭਰ ਗਿਆ ਮੈਂ ਕਿਹਾ ਤੈਨੂੰ ਕਿਵੇਂ ਯਾਰ ਕਹਿੰਦਾ ਯਾਰ ਮੈਂ ਨੰਦੀਦਰਾਂ ਸੀ ਉੱਥੇ ਕਹਿੰਦਾ ਮੈਨੇ ਮੈਨੇਜਰ ਸੀ ਉਥੋਂ ਦਾ ਪੰਜਾਬ ਦਾ ਤੇ ਮੈਂ ਕਿਹਾ ਰਾਈ ਕਰ ਕਹਿੰਦਾ ਤੁਸੀਂ ਉਹ ਤਾਂ ਗੱਲ ਠੀਕ ਆ ਤੁਹਾਡੀ ਅਗਲੀ ਚਿੰਤਾ ਦੱਸੋ ਤੁਸੀਂ ਕਿਵੇਂ ਕਰੋਗੇ ਕਹਿੰਦਾ ਜੀ ਰੇਨੀਅਮ ਛੱਡੋ ਪਹਿਲਾਂ ਆਰਸੈਨਿਕ ਦੱਸੋ ਆਰਸੈਨਿਕ ਨੂੰ ਕਿਵੇਂ ਟਰੀਟ ਕਰੋਗੇ ਤੁਹਾਡੇ ਪਾਣੀ ਚ ਆਰਸੈਨ ਔਰ ਥੋੜੀ ਸਰਕਾਰ ਕੋਲੇ ਹਜੇ ਤੱਕ ਕੋਈ ਪਲਾਨ ਹੀ ਨਹੀਂ ਹੈਗਾ ਵੀ ਆਰਸੈਨਿਕ ਨੂੰ ਅਸੀਂ ਪਾਣੀ ਚ ਕੱਢਾਂਗੇ ਕਿਵੇਂ ਹਮ ਹਮ ਆਰਸੈਨਿਕ ਨੂੰ ਕੱਢਣ ਦਾ ਪਲਾਨ ਜਿਹੜਾ ਕੀਤਾ ਅੱਜ ਤੋਂ ਲੈ ਕੇ ਸਾਰੀਆਂ ਸਰਕਾਰਾਂ ਨੇ ਜੀ ਇਹ ਕੀਤਾ ਕਿ ਇਹ ਉੱਥੇ ਲੇਬਲ ਲਾ ਦਿੰਦੇ ਆ ਵੀ ਇਹ ਪੀਣ ਵਾਲਾ ਪਾਣੀ ਦਾ ਸੋਮਾ ਨਹੀਂ ਹੈਗਾ ਹਮ ਹਮ ਇਸ ਦਾ ਪਾਣੀ ਇਸ ਨਾਲਕੇ ਦਾ ਇਸ ਟਿਊਬਲ ਦਾ ਪਾਣੀ ਨਾ ਵਰਤੇ ਜਾਵੇ ਇਹ ਇਹ ਟ੍ਰੀਟਮੈਂਟ ਪਲਾਨ ਹੈਗਾ ਹਮ ਹਮ ਜਨਰਲੀ ਇਹ ਸੀਗਾ ਕਿ ਇਹ ਦਾ ਕੋਈ ਪਰਮਾਨੈਂਟ ਜਿਹੜੇ ਘਟ ਘਟ ਕੰਟੈਮੀਨੇਟ ਸੋਰਸ ਹੈ ਜਿਹੜੇ ਉਹਨਾਂ ਤੇ ਧਿਆਨ ਦਿੱਤਾ ਜਾਵੇ ਜਿਹੜੀ ਬਲਾਰਕ ਪੁਛ ਜਦੋਂ ਇੰਡੀਆ ਚ ਆਈ ਸੀ ਤਾਂ ਅਸੀਂ ਉਹਨੂੰ ਪੁੱਛਿਆ ਸੀ ਵੀ ਡੀਏਪੀ ਤਾਂ ਉੱਥੇ ਵੀ ਯੂਜ਼ ਹੁੰਦੀ ਹੈ ਹਮਮ ਰਾਈਟ ਪੈਸੀਡ ਇੱਟ ਤਾਂ ਉੱਥੇ ਫਰਟੀਲਾਈਜ਼ਰ ਉੱਥੇ ਵੀ ਯੂਜ਼ ਹੁੰਦੀਆਂ ਉੱਥੇ ਕੀ ਉਹਦਾ ਕਹਿਣਾ ਸੀਗਾ ਅਸੀਂ ਜਿਹੜੀਆਂ ਫਰਟੀਲਾਈਜ਼ਰਸ ਨੇ ਸਾਡੀਆਂ ਜੀ ਉਹ ਅਸੀਂ ਪਹਿਲਾਂ ਉੱਥੇ ਉਹਨੂੰ ਡੀਟੌਕਸੀਫਾਈ ਕੀਤਾ ਜਾਂਦਾ ਹੈ ਅੱਛਾ ਉਹ ਚੋਂ ਇਹ ਮੈਟਲਸ ਰਹਿਤ ਕੀਤਾ ਜਾਂਦਾ ਫਿਰ ਵਰਤੇ ਜਾਂਦਾ ਹੁਣ ਇਹ ਚ ਉਹ ਕਲੀਨਿਕਲ ਮੈਡੀਕਲ ਟਾਕਸਿਕੋਲੋਜਿਸਟ ਹੈਗੀ ਹੈ ਹਮਮ ਤਾਂ ਇਹ ਫਰਕ ਹੈ ਆਪਣੇ ਜਿਹੜੇ ਡੀਏਪੀ ਜਿਹੜੀ ਹੁਣ ਜਿੰਨੀ ਫਾਸਫਰਟ ਫਰਟੀਲਾਈਜ਼ਰਸ ਜਿਹੜੀਆਂ ਹੁੰਦੀਆਂ ਨਾ ਜੀ ਇਹਨਾਂ ਦੇ ਅਕਾਏ ਫਾਸਫੇਟ ਰੌਕਸ ਵਿੱਚ ਆਉਂਦੀਆਂ ਉਹ ਚੀਜ਼ ਰੇਨੀਅਮ ਵੀ ਹੁੰਦਾ ਮੈਟਲਸ ਵੀ ਨੇ ਜਿਵੇਂ ਜਸਟ ਲਾਈਕ ਕਿ ਆਪਾਂ ਕਹਿ ਸਕਦੇ ਆ ਕਿ ਜੇ ਪਹਾੜੀ ਤੋੜ ਲਈ ਪਹਾੜੀ ਤੋੜ ਕੇ ਹੁਣ ਬਣਾਦਾ ਬਸ ਬਸ ਉਹ ਬਰੂਦਾ ਬਣਾ ਲਿਆ ਉਹ ਜਣੀਆਂ ਐਡਵਾਂਸ ਕੰਟਰੀ ਆ ਉਹਨੂੰ ਪਿਊਰੀਫਾਈ ਕਰਕੇ ਲੈ ਕੇ ਜਾਣਗੇ ਤੇ ਸਾਡੇ ਵਾਲੇ ਜਿਹੜੇ ਉਹ ਗੱਟਾ ਵਰਕੇ ਲਿਆਉਣਗੇ ਸਹੀ 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 ਤੇ ਉਹ ਆਪਣੇ ਖੇਤਾਂ 'ਚ ਸੈੱਟ ਲੈਣੇ ਆ ਸੀ ਤਾਂ ਰੂੜੀ ਦੀ ਜਗ੍ਹਾ ਤੇ ਡੀਏਪੀ ਨਹੀਂ ਲਈ ਸੀ ਤੇ ਅੱਜ ਅਸੀਂ ਇਸ ਕਦਮ ਤੇ ਪਹੁੰਚ ਗਏ ਆ ਕਿ ਸਾਡੀ ਜਿਹੜੀ ਆਨ ਵਾਲੀ ਪੀੜ੍ਹੀ ਐ ਜਦੋਂ ਜਿਸ ਮੁਲਕ ਦੇ ਜਿਹੜੇ ਬੱਚੇ ਥੋੜੇ ਬਿਮਾਰ ਹੋ ਜਾਣ ਹਾਂ ਨਾ ਬੱਚੇ ਤੰਦਰੁਸਤ ਨਾ ਹੋਣ ਆਗਲੀਆਂ ਪੀੜ੍ਹੀਆਂ ਤੋਂ ਫਿਰ ਉਸ ਉਸ ਮੁਲਕ ਦਾ ਤੁਸੀਂ ਭਵਿੱਖ ਕੀ ਦੇਖਦੇ ਹੋ ਉਸ ਉਸ ਮੁਲਕ ਦਾ ਤੁਸੀਂ ਵਿਕਾਸ ਮਾਡਲ ਤੁਸੀਂ ਕਿਵੇਂ ਦੇਖਦੇ ਹੋ ਉਸ ਉਸ ਵਿੱਚ ਪਰਤਵਾਲ ਇੱਕ ਹੋਰ ਦੱਸਿਓ ਮੈਨੂੰ ਜਿਵੇਂ ਹੁਣ ਜਿਹੜੀ ਜੈਵਿਕ ਖੇਤੀ ਵਾਲੇ ਪਾਸੇ ਨੂੰ ਤੁਰੇ ਸੀਗੇ ਬਹੁਤ ਸਾਰੇ ਲੋਕ ਤੁਰੇ ਸੀ ਮੈਂ ਛੋਡੇ ਵੀ ਉੱਥੇ ਜਾ ਕੇ ਦੇਖਦਾ ਰਿਆਂਗਾ ਤੁਸੀਂ ਜਿਹੜੀ ਕੁਦਰਤੀ ਖੇਤੀ ਕਰਦੇ ਸੀ ਲੋਕ ਜ਼ਹਿਰਦਤ ਖੇਤੀ ਕਰਦੇ ਸੀ ਉਹ ਸਬਜ਼ੀਆਂ ਬੀਜ ਦੇ ਵੀ ਸੀ ਖਰੀਦਦੇ ਵੀ ਸੀ ਖਵਾਉਂਦੇ ਵੀ ਸੀ ਉਹ ਕਨਸੈਪਟ ਕਿੰਨਾ ਕੁ ਠੀਕ ਰਹੂਗਾ ਨੇ ਉਹ ਠੀਕ ਤਾਂ ਰਹੂਗਾ ਜਦੋਂ ਤੱਕ ਦੇਖੋ ਇੱਕ ਜੇ ਆਏ ਸੋਚੂ ਨਾ ਵੀ ਕਿਸਾਨ ਹੀ ਮਾਰਕੀਟਿੰਗ ਕਰ ਲੂਗਾ ਕਿਸਾਨ ਹੀ ਬੀਜ ਲੂਗਾ ਕਿਸਾਨ ਹੀ ਵੇਚ ਲੂਗਾ ਇਹ ਸੰਭਵ ਨਹੀਂ ਹੁੰਦਾ ਸਹੀ ਹਨਾ ਇਹਦੇ ਵਾਸਤੇ ਜਦੋਂ ਤੱਕ ਗਵਰਨਮੈਂਟ ਆਪਦਾ ਮਾਡਲ ਨਹੀਂ ਲੈ ਕੇ ਆਉਂਦੀ ਕੋਈ ਇਹਦੀ ਮੰਡੀ ਸਿਸਟਮ ਨਹੀਂ ਲੈ ਕੇ ਆਉਂਦੀ ਇਸ ਦਾ ਕੁਦਰਤੀ ਸਿਸਟਮ ਕੁਦਰਤੀ ਖੇਤੀ ਦਾ ਉਦੋਂ ਤੱਕ ਸਕਸੈਸ ਨਹੀਂ ਹੈਗਾ ਹੁਣ ਜਿਹੜਾ ਕਿਸਾਨ ਜਿਹੜਾ ਉਹ ਬੀਜ ਲੈਂਦਾ ਕਦੋਂ ਬੀਜ ਲੈਂਦਾ ਤੇ ਜਿਹੜਾ ਉਹ ਖਰੀਦਣ ਵਾਲਾ ਬੰਦਾ ਉਹ ਕੰਪੇਅਰ ਕਰਦਾ ਰੇੜੀ ਨਾਲ ਸਹੀ ਹੈ ਐਸੀ ਸੈਡ ਵਾਲੀ ਨਾਲ ਉਹਦੇ ਕਿੰਨੀ ਲਗਤ ਆ ਰਹੀ ਹੈ ਕਿੰਨੀ ਨਹੀਂ ਆ ਰਹੀ ਇਸ ਕਰਕੇ ਉਹ ਉਹਨੂੰ ਵਿਚਾਰੇ ਨੂੰ ਅੱਕ ਕੇ ਦੂਜੇ ਸਾਲ ਨਹੀਂ ਵੇਚਦਾ ਉਹ ਤੁਸੀ ਵਿਕ ਦਿਨੀ ਹੈ ਹਾਂ ਇੱਕ ਗੱਲ ਹੋਰ ਹੈ ਕਿ ਇਹੋ ਜਿਹੇ ਚੀਜ਼ਾਂ ਜਿਹੜੀਆਂ ਆਰਗੈਨਿਕ ਆ ਇਹਨਾਂ ਤੇ ਖਰਚਾ ਘੱਟ ਹੈਗਾ ਪਰੇ ਛਾੜ ਘਟ ਹੋਣ ਕਰਕੇ ਮਹਿੰਗੀਆਂ ਗਈਆਂ ਤੇ ਜਿਹੜੀਆਂ ਖਰਚਾ ਬਹੁਤ ਸਸਤੀ ਇਹਦੀ ਲੇਬਰ ਕੋਸਟ ਬਹੁਤ ਪੈਂਦੀ ਆ ਇਹਦੀ ਲੇਬਰ ਕੋਸਟ ਬਹੁਤ ਹੈ ਦੂਜੀ ਇਹਦੀ ਮੰਡੀਕਰਨ ਹੈ ਨਹੀਂ ਮੰਡੀਕਰਨ ਜਿਹੜਾ ਕੋਈ ਵੀ ਚੀਜ਼ ਹੈ ਨਾ ਜਿਹਨੂੰ ਗਵਰਨਮੈਂਟ ਉਹਨੂੰ ਆਪਦਾ ਇਨੀਸ਼ੀਏਟਿਵ ਨਹੀਂ ਲੈਂਦੀ ਇੰਡੀਵਿਜੂਅਲ ਲੈਵਲ ਤੇ ਬੰਦਾ ਆਪਦੀ ਮੰਡੀਕਰਨ ਨਹੀਂ ਲੈ ਸਕਦਾ ਉਹ ਇੱਕ ਦੋ ਬੰਦੇ ਜਿਹੜੇ ਤੁਹਾਨੂੰ ਦੱਸਦੇ ਆ ਵੀ ਅਸੀਂ ਐਂ ਕਰ ਲਿਆ ਉਹ ਇੰਡੀਵਿਜੂਅਲ ਇੱਕ ਦੋ ਫਾਰਮਰ ਆ ਜੇ ਤੁਹਾਡੇ ਪਿੰਡ ਦਾ ਸਾਰਾ ਪਿੰਡ ਜਿਹੜੇ ਕਦੋਂ ਵੀਚ ਕੇ ਵੇਚੇ ਤੇ ਉਹ ਤਾਂ ਮੈਨੂੰ 10 15 ਪਿੰਡਾਂ ਨੂੰ ਰਜਾ ਦੂਗਾ ਸਾਰੇ ਸ਼ਹਿਰ ਨੂੰ ਰਜਾ ਦੂਗਾ ਹਣਾ ਉਹਦੀ ਤਾਂ ਮਾਰਕੀਟਿੰਗ ਜਿਹੜੀ ਆ ਉਹ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਤਾਂ ਜਾ ਕੇ ਉਹ ਸাকसेस ਹੁੰਦਾ